ਲੋਕ ਜਿਹੜੇ ਨੇ ਉਹ ਮਹਿੰਗਾਈ ਕਰਕੇ ਤੜਫ ਰਹੇ ਨੇ। ਇੱਕ ਡੰਗ ਦੀ ਰੋਟੀ ਵੀ ਉਹਨਾਂ ਨੂੰ ਉਹਨਾਂ ਲਈ ਇੱਕ ਦੁੱਬਰ ਹੁੰਦੀ ਜਾਂਦੀ ਹੈ, ਅਤੇ ਦੂਜੇ ਪਾਸੇ ਜਿਹੜੀਆਂ ਸਰਕਾਰਾਂ ਨੇ ਉਹ ਅਧਿਆਪਕਾਂ ਦੀਆਂ ਤਨਖਾਹਾਂ ਜਿਹੜੀਆਂ ਨੇ ਉਹ ਰਮਸਾ ਵਾਲਿਆਂ ਦੀ ਅਤੇ ਜਿਹੜੇ ਦੂਸਰੇ ਨੇ ਜਿਹੜੇ ਉਹਨਾਂ ਦੇ ਨਾਲ ਜੀਟੀ ਵਾਲੇ ਜਾਂ ਦੂਸਰੇ ਜਿਹੜੇ ਐਸਐਸ ਨੇ ਉਹਨਾਂ ਦੀਆਂ ਤਨਖਾਹਾਂ 15,000 'ਤੇ ਲੈ ਕੇ ਆ ਰਹੇ ਨੇ। ਅੱਜ ਦੀ ਡੇਟ 'ਚ 15,000 'ਚ ਕੀ ਹੋਊਗਾ? ਕੋਈ ਵੀ ਇਹਨਾਂ 'ਚੋਂ 10 ਤੋਂ 20 ਕਿਲੋਮੀਟਰ ਤੋਂ ਘੱਟ ਨੌਕਰੀ ਨਹੀਂ ਕਰਦਾ ਹੋਊਗਾ। ਮੋਟਰਸਾਈਕਲ 'ਤੇ ਜਾਣਗੇ ਤਾਂ 7-8 ਹਜ਼ਾਰ ਦਾ ਤਾਂ ਤੇਲ ਹੀ ਲੱਗਦਾ, ਤੇਲ 100 ਰੁਪਏ ਲੀਟਰ ਵੱਲ ਨੂੰ ਜਾ ਰਿਹਾ, ਤਾਂ 7-8 ਹਜ਼ਾਰ ਦਾ ਤੇਲ ਲਾ ਕੇ ਉਹ ਤੋਂ ਬਾਅਦ 7-8 ਹਜ਼ਾਰ 'ਚ ਪਰਿਵਾਰ ਦਾ ਗੁਜ਼ਾਰਾ ਕਿਵੇਂ? ਇਹ ਕਰਕੇ ਦਿਖਾ ਦੇਣ ਗੁਜ਼ਾਰਾ। ਇੱਕ ਪਾਸੇ ਤਾਂ ਜਦੋਂ ਤਾਂ ਇਹਨਾਂ ਨੇ ਹੈਲੀਕਾਪਟਰ ਲੈਣੇ ਹੁੰਦੇ ਨੇ ਉਦੋਂ ਖਜ਼ਾਨੇ 'ਚ ਪੈਸੇ ਆ ਜਾਂਦੇ ਨੇ, ਜਦੋਂ ਇਹਨਾਂ ਨੇ ਮਿਨਿਸਟਰਾਂ ਨੂੰ ਕੈਮਰੀਆਂ ਦੇਣੀਆਂ ਹੁੰਦੀਆਂ ਨੇ ਉਦੋਂ ਬਾਅਦ ਖਜ਼ਾਨੇ 'ਚ ਪੈਸੇ ਆ ਜਾਂਦੇ ਨੇ, ਜਦੋਂ ਟੀਚਰਾਂ ਨੂੰ ਤਨਖਾਹ ਦੇਣੀ ਹੈ ਤਾਂ ਉਦੋਂ ਕਹਿੰਦੇ ਵੀ ਖਜ਼ਾਨਾ ਖਾਲੀ ਹੈ, ਤੁਸੀਂ 3 ਸਾਲ ਲਈ ਕੰਮ। ਅਸੀਂ ਚਾਹਾਂਗੇ ਕਿ ਅੱਜ ਦੇ ਜ਼ਮਾਨੇ 'ਚ 15,000 ਰੁਪਈਏ ਨਾਲ ਕੌਣ ਗੁਜ਼ਾਰਾ ਕਰ ਸਕਦਾ? ਨਰੇਗਾ ਦੇ ਮਜ਼ਦੂਰਾਂ ਤੋਂ ਵੀ ਘੱਟ ਦਿਹਾੜੀ ਹੋ ਗਈ। ਇੱਕ ਪਾਸੇ ਸਕੂਲ ਖਾਲੀ ਪਏ ਨੇ, ਇੱਕ ਪਾਸੇ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਸਰਕਾਰੀ ਉਹ ਕਲੈਪਸ ਕਰ ਗਿਆ, ਦੂਜੇ ਪਾਸੇ ਅਸੀਂ ਕਹਿੰਦੇ ਦਿੱਲੀ ਦੇ ਵਿੱਚ ਸਰਕਾਰੀ ਸਕੂਲਾਂ ਦੇ ਟੀਚਰਾਂ ਨੂੰ ਅਮੈਰੀਕਾ ਅਤੇ ਇੰਗਲੈਂਡ ਦੀਆਂ ਯੂਨੀਵਰਸਿਟੀਆਂ 'ਚ ਅਸੀਂ ਵਿਧਾਨ ਸਭਾ ਦੇ ਵਿੱਚ ਮਾਮਲਾ ਉਠਾਵਾਂਗੇ। ਮੈਡਮ ਮਾਨੁਕੇ ਨੇ, ਹਰਪਾਲ ਚੀਮਾ ਜੀ ਆਏ ਨੇ, ਇਹਦੇ ਨਾਲ ਅਸੀਂ ਉਹਨਾਂ ਨੂੰ ਸਵਾਲ ਪੁੱਛਾਂਗੇ ਵੀ ਕਿਹੜੇ ਕਾਨੂੰਨ ਤਹਿਤ ਤੁਸੀਂ ਘਟਾ ਦਿੱਤੀਆਂ, ਕਿਉਂਕਿ ਕੁਛ ਤਨਖਾਹਾਂ ਜਿਹੜੀਆਂ ਸੈਂਟਰ ਤੋਂ ਵੀ ਆਉਂਦੀਆਂ ਇਹਨਾਂ ਦੀਆਂ ਕੁਛ ਹਿੱਸਾ, ਤਾਂ ਸੈਂਟਰ ਵਿੱਚ ਮੈਂ ਪਾਰਲੀਮੈਂਟ ਦੇ ਵਿੱਚ ਸਵਾਲ ਲਾਊਂਗਾ ਕਿ ਤੁਸੀਂ ਕਿਹੜੇ ਕਾਨੂੰਨ ਤਹਿਤ ਉਹਨਾਂ 'ਤੇ ਮਾਰ ਪਾ ਰਹੇ ਹੋ। ਦੂਜੇ ਪਾਸੇ ਬਹੁਤ ਹੋਈ ਮਹਿੰਗਾਈ ਕੀ ਮਾਰ ਅਬ ਕੀ ਵਾਰ, ਬੀਜੇਪੀ ਸਰਕਾਰ ਦਾ ਨਾਰਾ ਲਾਇਆ ਅਤੇ ਅੱਜ ਮਹਿੰਗਾਈ ਜਿਹੜੀ ਹੈ ਉਹ ਲੱਕ ਤੋੜ ਰਹੀ ਹੈ, ਸੋ ਅਸੀਂ ਇਹਨਾਂ ਦੀ ਸਪੋਰਟ ਕਰਦੇ ਹਾਂ। ਤੁਹਾਡਾ ਸਮਰਥਨ ਹਾਸਲ ਨਹੀਂ ਕੀਤਾ, ਕੀ ਕਾਰਨ ਹੈ? ਤੁਹਾਡਾ ਸਮਰਥਨ ਹਾਸਲ ਨਹੀਂ ਕੀਤਾ? ਨਹੀਂ ਨਹੀਂ, ਸਮਰਥਨ ਕੀਤਾ ਉਹ ਕਿਉਂਕਿ ਇਹਨਾਂ ਨੇ ਆਪਣਾ ਜਿਹੜਾ ਇਹ ਧਰਨਾ ਹੈ ਇਹਨੂੰ ਨੌਨ ਪੋਲੀਟੀਕਲ ਰੱਖਿਆ ਹੋਇਆ। ਉਹਨਾਂ ਨੇ ਕਿਹਾ ਵਿਰੋਧੀ ਧਿਰ ਦੇ ਤੌਰ 'ਤੇ ਤੁਸੀਂ ਸਾਡੇ ਗਵਰਨਰ ਨੂੰ ਮਿਲੋ, ਸਾਡਾ ਵਿਧਾਨ ਸਭਾ 'ਚ ਲੈ ਕੇ ਜਾਓ, ਸਾਨੂੰ ਪਾਰਲੀਮੈਂਟ 'ਚ ਸਾਡੇ ਬਾਰੇ ਬੋਲੋ, ਪਰ ਕਿਉਂਕਿ ਇਹਨਾਂ ਦਾ ਜਿਹੜਾ ਫੈਸਲਾ ਹੈ ਕਮੇਟੀ ਦਾ ਕਿ ਨੌਨ ਪੋਲੀਟੀਕਲ ਅਸੀਂ ਰੱਖਾਂਗੇ, ਅਸੀਂ ਚਾਹੁੰਦੇ ਵੀ ਹਾਂ ਕਿ ਇਹਨੂੰ ਕਿਸੇ ਰਾਜਨੀਤਿਕ ਰੰਗ ਦੇ ਕੇ ਉਹ ਬਾਅਦ ਦੇ ਵਿੱਚ ਧਰਨਿਆਂ ਨੂੰ ਇਸ ਤਰ੍ਹਾਂ ਬਹੁਤ ਵਾਰੀ ਖਰਾਬ ਕਰ ਦਿੰਦੇ ਆ, ਸੋ ਇਹਨਾਂ ਦਾ ਹੱਕ ਬਣਦਾ। ਅਸੀਂ ਇਹਨਾਂ ਦੀ ਸਪੋਰਟ ਕਰਨ ਆਏ ਹਾਂ ਔਰ ਸਪੋਰਟ ਅਸੀਂ ਇਹਨਾਂ ਦੀ ਕਿਉਂਕਿ ਵਿਰੋਧੀ ਧਿਰ ਦੇ ਵਿੱਚ ਅਸੀਂ ਹੈਗੇ ਹਾਂ ਤਾਂ ਪੰਜਾਬ ਸਰਕਾਰ ਕੋਲ ਅਤੇ ਬਾਅਦ ਦੇ ਵਿੱਚ ਇਸ ਵਿੰਟਰ ਸੈਸ਼ਨ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਲੈ ਕੇ ਜਾਵਾਂਗੇ। ਭਗਵੰਤ ਮਾਨ ਜੀ ਤੁਹਾਡੇ ਵਿੱਚ ਆਏ ਸੀ, ਇਹਨਾਂ ਨੂੰ ਸਮਰਥਨ ਦੇ ਰਹੇ ਹੋ, ਤੁਹਾਨੂੰ ਕੀ? ਦੇਖੋ ਭਗਵੰਤ ਮਾਨ ਜੀ ਇੱਥੇ ਆਏ ਨੇ, ਅਸੀਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਅਤੇ ਸਾਰੇ ਜਿਹੜਾ ਇੱਥੇ ਅਸੀਂ ਅਧਿਆਪਕ ਮੰਗਾਂ ਮਸਲਿਆਂ 'ਤੇ ਇੱਥੇ ਬੈਠੇ ਹਾਂ, ਅਧਿਆਪਕਾਂ ਦੀ ਤਨਖਾਹ ਕਟੌਤੀ ਜਿਹੜੀ ਹੈਗੀ ਹੈ ਉਹਦੇ ਵਿਰੋਧ ਵਜੋਂ ਬੈਠੇ ਹਾਂ, ਅਧਿਆਪਕ ਨੂੰ ਰੈਗੂਲਰ ਕਰਾਉਣ ਲਈ ਇੱਥੇ ਬੈਠੇ ਹਾਂ। ਇੱਥੇ ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ, ਅਕਾਲੀ ਦਲ, ਭਾਜਪਾ, ਕੋਈ ਵੀ ਜਿਹੜੀ ਹਾਕਮ ਜਮਾਤੀ ਪਾਰਟੀ ਕੋਈ ਵੀ ਹੈਗੀ ਹੈ ਉਹ ਆਪਦੇ ਪਲੇਟਫਾਰਮ ਤੋਂ ਮੰਗ ਕਰ ਸਕਦੀ ਹੈ, ਉਹ ਰਾਜਪਾਲ ਜੀ ਕੋਲੇ ਜਾਣ, ਉਹ ਰਾਸ਼ਟਰਪਤੀ ਕੋਲੇ ਜਾਣ ਕਿ ਪੰਜਾਬ ਵਿਧਾਨ ਸਭਾ ਨੇ, ਪੰਜਾਬ ਵਿਧਾਨ ਸਭਾ ਦੀ ਕੈਬਨਿਟ ਨੇ ਜਿਹੜਾ ਇੱਥੇ ਉਹਨਾਂ ਨੇ ਸਾਰੇ ਨਿਯਮਾਂ ਕਾਨੂੰਨਾਂ ਨੂੰ ਛਿੱਕੇ ਟਾਂਕੇ ਅਧਿਆਪਕਾਂ ਦੀ ਤਨਖਾਹ ਦੇ ਵਿੱਚ ਕਟੌਤੀ ਕੀਤੀ ਹੈ, ਉਹ ਆਪਦੇ ਪਲੇਟਫਾਰਮ ਵਰਤਣ। ਸਾਡਾ ਇਹ ਸਾਂਝਾ ਅਧਿਆਪਕ ਮੋਰਚੇ ਦਾ ਜਿਹੜਾ ਇਹ ਪਲੇਟਫਾਰਮ ਹੈ ਇਹ ਕੋਈ ਸਿਆਸੀ ਅਖਾੜਾ ਨਹੀਂ ਹੈ, ਉਹ ਆਪਦੇ ਪਲੇਟਫਾਰਮ ਤੋਂ ਮੰਗ ਕਰਨ, ਵਧੀਆ ਗੱਲ ਹੈ, ਮੰਗ ਕਰਨੀ ਚਾਹੀਦੀ ਹੈ ਉਹਨਾਂ ਨੂੰ ਮੰਗ ਕਰਨੀ ਚਾਹੀਦੀ ਹੈ ਕਿ ਇੱਥੇ 17 ਮੈਂਬਰੀ ਕੈਬਨਿਟ ਫੈਸਲਾ ਲੈ ਜਾਂਦੀ ਹੈ, ਇੱਥੇ 117 ਮੈਂਬਰ ਟੋਟਲ ਸਾਡੇ ਵਿਧਾਨ ਸਭਾ 'ਚ ਬੈਠੇ ਨੇ, ਇਹ ਸਭਨਾਂ ਦੀ ਡਿਸਕਸ਼ਨ ਕਿਉਂ ਨਹੀਂ ਹੁੰਦੀ ਗੀ? ਰਾਜਪਾਲ ਜੀ ਕੋਲੇ ਜਾ ਕੇ ਮੰਗ ਕਰਨ, ਰਾਸ਼ਟਰਪਤੀ ਕੋਲੇ ਜਾ ਕੇ ਮੰਗ ਕਰਨ, ਅਧਿਆਪਕਾਂ ਦੇ ਮੰਗਾਂ ਮਸਲਿਆਂ 'ਚ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਬਚਾਉਣ ਲਈ ਸਭਨਾਂ ਨੂੰ ਫਾਈਟ ਕਰਨੀ ਚਾਹੀਦੀ ਹੈ, ਇਹ ਪਾਰਟੀਆਂ ਵੀ ਫਾਈਟ ਕਰਨ, ਚੰਗੀ ਗੱਲ ਆ, ਪੰਜਾਬ ਦੇ ਸਕੂਲ ਵੱਧ ਜਾਣਗੇ, ਪੰਜਾਬ ਦੀ ਜਿਹੜੀ ਜਨਤਕ ਸਿੱਖਿਆ ਵੱਜੂਗੀ, ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਦਾ ਰੁਜ਼ਗਾਰ ਬਚੂਗਾ। ਪਰ ਸਾਡੀ ਪੁਰਜ਼ੋਰ ਅਪੀਲ ਆ ਇਹਨਾਂ ਸਭਨਾਂ ਨੂੰ, ਚਾਹੇ ਭਗਵੰਤ ਮਾਨ ਜੀ ਆਏ ਨੇ, ਚਾਹੇ ਕੱਲ੍ਹ ਨੂੰ ਕੋਈ ਹੋਰ ਪਾਰਟੀ ਦੇ ਨੁਮਾਇੰਦੇ ਵੀ ਆਉਂਦੇ ਨੇ, ਇਹ ਆਪਦੇ ਪਲੇਟਫਾਰਮ ਦੀ ਵਰਤੋਂ ਕਰਨ ਅਤੇ ਉੱਥੋਂ ਇਹਨਾਂ ਮੁੰਡੇ ਕੁੜੀਆਂ ਨੂੰ ਜਿਹੜੇ ਸਾਡੇ ਇੱਥੇ ਮਰਨ ਵਰਤੇ ਨੌਜਵਾਨ ਬੈਠੇ ਆ ਇਹਨਾਂ ਦੇ ਹੱਕ ਵਿੱਚ ਸਮਰਥਨ ਕਰਨ, ਪਰ ਪਲੇਟਫਾਰਮ ਆਪਦਾ ਵਰਤਣ।